कल असी ट्रैक्टर मुकाबले च लैके आए हैं बंदियां दे कोलों मैं सुनी है गल भी तकरीब लोगों ने रेसा खोलियां असी होर कई काम किए आल्टीशन वगैरह की ट्रैक्टरां दी लेकिन मैं इहदी जैनुअन रेसा चैक कर लो एक चूड़ी तक नहीं इहदी बदली ए सील भी लगी आ सारी जैनुअन आ सारे अस्सलाम वालेकुम जी वालेकुम सलाम जी भाई अपना नाम दसो जी मुहम्मद सजाद नज़ीर जट अच्छा जी 640 ਤੁਸੀਂ ਨਵਾਂ ਟਰੈਕਟਰ ਲੈ ਕੇ ਆਇਓ 22 ਮਾਡਲ ਜੀ ਸਰ ਤੇ ਕੀ ਆਪਣਾ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਤੇ ਕਿਸ ਤਰ੍ਹਾਂ ਦਾ ਟਰੈਕਟਰ ਆ ਕੀ ਕਹਿਣਾ ਚਾਹੋਗੇ ਤੁਸੀਂ ਮੁਤਮਨ ਹੋ ਇਹਦੀ ਕਾਰਗਰਦਗੀ ਤੇ ਗੱਲ ਇਹ ਆ ਵੀ ਮੁਤਮਨ ਤੇ ਹੈਗੇ ਆ ਮਜਬੂਰੀ ਦੇ ਤੌਰ ਤੇ ਹੋਰ ਕੋਈ ਟਰੈਕਟਰ ਅੱਛਾ ਪਾਕਿਸਤਾਨ ਚ ਆ ਨਹੀਂ ਰਿਹਾ ਹਾਂਜੀ ਦੂਸਰਾ ਸੀ ਨਾ ਸ਼ਾਫਟ ਚਲਾਣੀ ਹੁੰਦਾ ਉਸ ਤੋਂ ਬਾਅਦ ਅਸੀਂ ਲੇਜ਼ਰ ਕਰਾ ਚਲਾਣਾ ਹੁੰਦਾ ਇਹਦੇ ਨਾਲ ਤੇ ਇਸ ਕਰਕੇ ਲਈਦਾ ਲੇਕਿਨ ਮੈਂ 16 ਦੇ ਵਿੱਚ ਵੀ 16 ਮਾਡਲ ਵੀ ਲਿਆ ਬਾਅਦ ਚ 17 ਵੀ ਲਿਆ 18 ਵੀ ਲਿਆ 19 ਵੀ ਲਿਆ 19 ਤੋਂ ਬਾਅਦ ਫਿਰ 2-2.5 ਸਾਲ ਚਲਾਉਣ ਤੋਂ ਬਾਅਦ ਫਿਰ 22 ਲਿਆ ਅੱਛਾ ਉਹ ਪਿਛਲੇ ਵੇਚ ਉਹ ਪਿਛਲੇ ਮੈਂ ਵੇਚ ਦਿੰਦਾ ਸੀ ਲੇਕਿਨ ਮੈਨੂੰ ਹਰ ਸਾਲ ਉਹਨਾਂ ਦੇ ਆਪਣੇ ਰਿੰਗ ਠਕਵਾਣੇ ਪੈਂਦੇ ਸੀ ਸਹੀ ਰਿੰਗ ਸਲੀਪ ਕਰਾਉਣਾ ਪੈਂਦਾ ਸੀ ਉਹ ਬਲੋ ਬਹੁਤ ਮਾਰਦੇ ਸੀ ਹਰ ਸਾਲ ਨਵੇਂ ਟਰੈਕਟਰ ਹਰ ਸਾਲ ਬਾਅਦ ਹੀ ਮਾਰਦਾ ਸੀ ਔਰ ਕਲੇਮ ਵੀ ਕੰਪਨੀ 'ਚ ਗਏ ਆ ਕੰਪਨੀ ਨੇ ਵੀ ਇੱਕ ਸਾਲ ਮੈਨੂੰ ਪਾ ਕੇ ਦਿੱਤੇ ਆ ਤੇ ਜਿਹੜੇ ਕੰਪਨੀ ਨੇ ਪਾ ਕੇ ਦਿੱਤੇ ਆ ਉੱਤੇ ਕੰਪਨੀ ਵਾਲਿਆਂ ਨੇ ਨਿਊ ਹਾਲੈਂਡ ਲਿਖਿਆ ਸੀ ਲੇਕਿਨ ਜਿਸ ਦਿਨ ਮਿਸਤਰੀ ਨੇ ਰਿੰਗ ਕੱਢਿਆ ਵਿੱਚੋਂ ਚਾਈਨਾ ਦੇ ਨਿਕਲੇ ਸੀ ਸਹੀ ਯਾਨੀ ਕਿ ਜਿਹੜੇ ਜੈਨੂਇਨ ਆ ਰਹੇ ਆ ਕੰਪਨੀ ਚੋਂ ਹਾਂਜੀ ਜਿਹੜੇ ਜੈਨੂਇਨ ਆ ਰਹੇ ਸੀ ਉੱਤੇ ਇਹਨਾਂ ਨੇ ਨਿਊ ਹਾਲੈਂਡ ਲਿਖਿਆ ਰਿੰਗ ਚਾਈਨਾ ਦੇ ਨਿਕਲਿਆ 2 ਨੰਬਰ ਤੇ ਆਪੇ ਕਰਨ ਦੇ ਤੇ ਟਰੈਕਟਰ ਕੀ ਚੱਲਣ 640 ਲੇਕਿਨ ਮਜਬੂਰੀ ਦੇ ਤੌਰ ਤੇ ਸਾਨੂੰ ਲੈਣਾ ਪੈਂਦਾ ਅੱਛਾ ਆਪਣਾ ਏਰੀਆ ਕਿਹੜਾ ਜੀ ਮੇਰਾ ਚੱਕ ਨੰਬਰ 254 ਆਰਬੀ ਆਲਾ ਸਿੰਘ ਸਮੁੰਦਰੀ ਰੋਡ ਤੇ ਆ ਜੀ ਅੱਛਾ ਤੁਹਾਡੇ ਇਲਾਕੇ 'ਚ ਚੱਲਦਾ ਹੀ ਜ਼ਿਆਦਾ ਫੀਏਟ ਸਾਡੇ ਇਲਾਕੇ ਦੇ ਵਿੱਚ ਜ਼ਿਆਦਾ ਚੱਲਦਾ ਫੀਏਟ ਆ ਸ਼ਾਫਟ ਤੇ ਚੱਲਦਾ ਜ਼ਿਆਦਾ ਰੂਟਰ ਵਾਟਰ ਚਲਾਣਾ ਹੁੰਦਾ ਥ੍ਰੈਸ਼ਰ ਚਲਾਣੀ ਹੁੰਦੀ ਸੀ ਤੇ ਮੈਸੀ ਨੂੰ ਕਿਉਂ ਨਹੀਂ ਪਸੰਦ ਕਰਦੇ ਮੈਸੀ ਮੇਰੇ ਕੋਲ ਹੈ ਲੇਕਿਨ ਮੈਸੀ ਥੋੜੇ ਜਿਹਾ ਗਰਮ ਹੋ ਜਾਂਦੇ ਆ ਇਹ ਸ਼ਾਫਟ ਸ਼ੂਫਟ ਤੇ ਥ੍ਰੈਸ਼ਰ ਤੇ ਗਰਮ ਨਹੀਂ ਹੁੰਦਾ ਗਰਮੀਆਂ ਦੇ ਸਮੇਂ ਤੇ ਕੋਈ ਚੰਗਾ ਟਰੈਕਟਰ ਇੰਜਣ ਚੰਗਾ ਲੇਕਿਨ ਅੱਗੇ ਵਾਲੀ ਕੁਆਲਿਟੀ ਆ ਰਹੀ ਨਹੀਂ ਅੱਗੇ ਵਾਲੀ ਨਹੀਂ ਆ ਰਹੀ ਲੇਕਿਨ ਲਈਦਾ ਇਸੇ ਤੋਂ ਅਗਲਾ ਸਮਝ ਗਿਆ ਤੇ ਮੈਂ ਅੱਗੇ ਵੀ 5 ਟਰੈਕਟਰ ਬਦਲੇ 6ਵਾਂ ਫੇਲ ਲਿਆ 22 ਮਾਡਲ ਲਿਆਂਦਾ ਕਿ ਅੱਗੇ ਨੂੰ ਚੰਗਾ ਹੋਏਗਾ ਬਿਹਤਰ ਲਿਆ ਤੇ ਹੈਗਾ ਜੀ ਹੁਣ ਅੱਲਾ ਖੈਰ ਕਰੇ ਉਮੀਦ ਤੇ ਬਹੁਤ ਆ ਵੀ ਚੰਗਾ ਲੱਗੇਗਾ ਇਸੇ ਤੋਂ ਡਰਦੇ ਆ ਨੂੰ ਹਜੇ ਲੈਵਲ 'ਚ ਨਹੀਂ ਪਾਇਆ ਵੀ ਚਲੋ ਇਹਦੀ ਕੋ ਰਨਿੰਗ ਸ਼ਨਿੰਗ ਹੋ ਜਾਵੇ ਅੱਛਾ ਇਹਦੇ 'ਚ ਬਿਹਤਰੀ ਕੀ ਤੁਹਾਨੂੰ ਨਜ਼ਰ ਆਈ 22 ਮਾਡਲ 'ਚ ਬਿਹਤਰੀ ਤੇ ਨਾ ਤੇ ਇਹਨਾਂ ਨੇ ਕੋਈ ਬਦਲੀ ਆ ਜੀ ਹਜੇ ਨਾ ਕੋਈ ਸ਼ੈਅ ਬਦਲੀ ਲੇਕਿਨ ਇਹ ਆ ਕਿ ਮੋਨੋਗ੍ਰਾਮ ਇਹਨਾਂ ਨੇ ਬਦਲ ਦਿੱਤਾ 22 ਦੇ ਵਿੱਚ ਲੇਕਿਨ ਇਹ ਪੁਰਾਣੇ ਮੋਨੋਗ੍ਰਾਮ ਦੇ ਵਿੱਚ ਆ ਹੈਗਾ 22 ਮਾਡਲ ਆ ਤੇ ਸ਼ਾਇਦ ਕਹਿੰਦੇ ਮੋਨੋਗ੍ਰਾਮ ਬਦਲ ਕੇ ਟਰੈਕਟਰ ਯੋਰ ਜ਼ਿਆਦਾ ਮਾਨੋ ਹੁਣ ਪਤਾ ਲੱਗੇਗਾ 22 ਦਾ ਨਹੀਂ ਉਹ ਸਟicker ਬਦਲਣ ਨਾਲ ਕੀ ਫਰਕ ਪੈਂਦਾ ਕੀ ਪਤਾ ਜੀ ਉਹ ਕੰਪਨੀ ਵਾਲੇ ਇੰਜੀਨੀਅਰ ਆ ਉਹਨਾਂ ਨੇ ਇਹੋ ਚੀਜ਼ ਦੇਖਣੀ ਆ ਅਗਲਾ ਬਣਾਉਣ ਵਾਲੇ ਵੀ ਸਟicker ਹਾਂਜੀ ਕੰਪਨੀ ਵਾਲੇ ਨੇ ਇਸੇ ਤੋਂ ਇੰਜੀਨੀਅਰ ਬੁਣਾ ਕੀਤਾ ਆ ਵੀ ਸ਼ਾਇਦ ਮੋਨੋਗ੍ਰਾਮ ਬਦਲਣਾ ਟਰੈਕਟਰ ਯੋਰ ਜ਼ਿਆਦਾ ਮਾਰੇਗਾ ਹਾਂਜੀ ਤੇ ਬਾਕੀ ਹੈ ਕਿ ਆਪਣਾ ਕੀ ਕੰਮ ਕਰਦੇ ਹੋ ਇਹਦੇ ਨਾਲ ਲੇਜ਼ਰ ਕਰਾ ਤੇ ਸ਼ਾਫਟ ਚਲਾਈ ਦੀ ਰੂਟਾ ਵਾਟਰ ਤੇ ਥ੍ਰੈਸ਼ ਚਲਾਈ ਦੀ ਆ ਜੀ ਅਜੇ ਤੱਕ ਇਹਦੇ ਨਾਲ ਸਿਰਫ ਰੂਟਾ ਵਾਟਰ ਚਲਾਇਆ ਔਰ ਕੋਈ ਚੀਜ਼ ਨਹੀਂ ਚਲਾਈ ਅੱਛਾ ਇਸ ਕੰਪਨੀ ਨੂੰ ਅਲਗਾਜ਼ੀ ਕੰਪਨੀ ਜਿਹੜੀ ਕਿ ਡੇਰਾ ਗਾਜ਼ੀ ਖਾਨ ਦੇ ਵਿੱਚ ਟਰੈਕਟਰ ਬਣਾ ਰਹੀ ਹੈ ਜੀ ਤੇ ਕੋਈ ਪੈਗਾਮ ਦੇਣਾ ਚਾਹੋਗੇ ਇਸ ਟਰੈਕਟਰ 'ਚ ਕੀ ਬਿਹਤਰੀ ਹੋਣੀ ਚਾਹੀਦੀ ਕੀ ਮਸਲਾ ਪੇਸ਼ ਆਉਂਦਾ ਚਲਾ ਬਿਹਤਰੀ ਇਹਦੇ ਜ਼ਿਆਦਾਤਰ ਇੰਜਨ ਦੇ ਵਿੱਚ ਹੀ ਆ ਬਲੋ ਆਉਂਦੇ ਟਰੈਕਟਰ ਬਲੋ ਮਾਰਦੇ ਹਵਾਰ ਮਾਰਦੇ ਜਿਹਨੂੰ ਕਹਿੰਦੇ ਜੀ ਸੇਕ ਮਾਰਦੇ ਸੇਕ ਮਾਰਦੇ ਆ ਬਾਕੀ ਇਹ ਗਰਮ ਨਹੀਂ ਹਜੇ ਹੁੰਦੇ ਹੈਗੇ ਇਹ ਥ੍ਰੈਸ਼ ਦੇ ਉੱਤੇ ਸ਼ਾਫਟ ਤੇ ਅਸੀਂ ਚਲਾ ਕੇ ਦੇਖਿਆ ਇਹਦਾ ਰੇਡੀਏਟਰ ਜਾਲੀ ਬੰਦ ਵੀ ਹੋ ਜਾਵੇ ਨਾ ਜਦੋਂ ਦਾ ਇਹਨੂੰ ਪਰਲੀ ਸਾਈਡ ਤੇ ਇਹਨੇ ਕੂਲਰ ਲਾਤਾ ਆ ਉਦੋਂ ਦਾ ਇਹ ਟਰੈਕਟਰ ਗਰਮ ਨਹੀਂ ਹੁੰਦਾ ਹੈਗਾ ਬੇਸ਼ੱਕ ਕੋਈ ਜਾਲੀ ਮੁਕੰਮਲ ਬੰਦ ਹੋ ਜੇ ਇਹ ਟਰੈਕਟਰ ਤੁਸੀਂ ਕਿੱਥੋਂ ਲਿਆਂਦਾ ਸੀ ਤੇ ਕਿੰਨੇ ਦਾ ਟਰੈਕਟਰ ਪਹਿਲੇ ਮੈਂ ਡੇਰਾ ਗਾਜ਼ੀ ਖਾਨ ਤੋਂ ਸਾਰੇ ਲਿਆਂਦੇ ਸੀ ਹੁਣ ਮੈਂ ਸ਼ਦਾਬ ਟਰੈਕਟਰ ਸਮੁੰਦਰੀ ਹਾਂਜੀ ਨਾਸਰ ਕਿਸਾਨੇ ਦੇ ਕੋਲੋਂ ਬੁੱਕ ਕਰਵਾਇਆ ਸੀ ਸਹੀ ਕਿੰਨੇ ਦਾ ਮਿਲਿਆ ਇਹ ਮੈਂ ਉਦੋਂ ਬੁੱਕ ਕਰਵਾਇਆ ਸੀ ਜੀ 17,50,000 ਰੁਪਏ ਦਾ ਹਾਂਜੀ ਇਹ ਚਾਰ ਟਰੈਕਟਰ ਸੀ ਬੁੱਕ ਕਰਾਏ ਸੀ 2 ਮਹੀਨੇ ਤੇ ਕੋਈ 15 ਦਿਨ ਬਾਅਦ ਆਏ ਆ 2 ਮਹੀਨੇ 15 ਦਿਨ ਹਾਂਜੀ 640 ਚਾਰ ਕਰਾਏ ਸੀ ਬੁੱਕ ਸਹੀ ਜ਼ਿਆਦਾ 640 ਫੀਅਰ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਅੱਛਾ ਲੱਗਦਾ ਇਹੋ ਹੀ ਲੱਗਦਾ ਜੀ ਹੋਰ ਕੋਈ ਨਹੀਂ ਅੱਛਾ ਲੱਗਦਾ ਹੈਗਾ ਇਸੇ ਤੋਂ ਲਈਦਾ ਜੀ ਠੀਕ ਹੈ ਜੀ ਤਗੜਾ ਟਰੈਕਟਰ ਸ਼ਾਫਟ ਦਾ ਤਗੜਾ ਟਰੈਕਟਰ ਆ ਜੀ ਤੁਸੀਂ ਇਹਦੀ ਕੁਆਲਿਟੀ ਤੋਂ ਮਤਮਨ ਨਹੀਂ ਆਏ ਬਾਕੀ ਬਾਕੀ ਬਿਲਕੁਲ ਜੀ ਪੈਸੇ ਖਰਚ ਕੇ ਆਈਦਾ ਮੁਤਮਨ ਤਾਂ ਅਸੀਂ ਕਰੀਦਾ ਵੀ ਸ਼ਾਇਦ ਕੋਈ ਅੱਲਾ ਲੋ ਇਹੋ ਹੀ ਕੋਈ ਚੰਗਾ ਨਿਕਲ ਆਵੇ ਸ਼ਾਇਦ ਉਸ ਤੋਂ ਅਗਲਾ ਨਿਕਲ ਆਵੇ ਮੁਤਮਨ ਇਸੇ ਤੋਂ ਲੈ ਕੇ 6ਵਾਂ ਟਰੈਕਟਰ ਸੀ ਬਦਲਿਆ ਸਹੀ ਸਾਲ ਬਾਅਦ ਮੈਂ ਟਰੈਕਟਰ ਬਦਲਦਾ ਔਰ ਕੰਪਨੀ ਵਾਲੇ ਮੇਰੇ ਕੋਲ ਚੱਲ ਕੇ ਆਉਂਦੇ ਆ ਲਾਹੌਰੋਂ ਵੀ ਗੱਡੀ ਤੇ ਆਏ ਸੀ ਜਦੋਂ ਟਰੈਕਟਰ ਨੂੰ ਮਸਲਾ ਬਣਦਾ ਸੀ ਉਹ ਆਣ ਕੇ ਚੈੱਕ ਕਰਦੇ ਰਹੇ ਆ ਮੈਨੂੰ ਕਹਿੰਦੇ ਰਹੇ ਤੂੰ ਇਹਦੇ ਵਿੱਚੋਂ ਦੀ ਕੀ ਅੱਗ ਕੱਢਦਾ ਆ ਮੈਂ ਕਿਹਾ ਜੀ ਅੱਗ ਮੈਂ ਇਹਦੇ ਵਿੱਚ ਕੋਈ ਨਹੀਂ ਕੱਢਦਾ ਹੈਗਾ ਲੇਕਿਨ ਮੈਂ ਤੇ ਬੜਾ ਪਿਆਰ ਨਾਲ ਚਲਾਉਣਾ ਲੇਕਿਨ ਫੇਰ ਵੀ ਇਹ ਸਾਨੂੰ ਧੋਖਾ ਦੇ ਜਾਂਦੇ ਆ ਕੋਈ ਚੰਗਾ ਟਰੈਕਟਰ ਕਿਉਂ ਨਹੀਂ ਲੈਂਦੇ ਚੰਗਾ ਹੁਣ ਪਾਕਿਸਤਾਨ ਚ ਆਉਂਦਾ ਹੀ ਨਹੀਂ ਹੈਗਾ ਤੇ ਲਈਏ ਚੰਗਾ ਕਿਹੜਾ ਜੀ ਫੇਰ ਮਜਬੂਰੀ ਨੂੰ ਇਹ ਲੈਣਾ ਪੈਂਦਾ ਇਹ ਮੈਸੀ ਫੀਅਰ ਇਹ ਆਮ ਮੈਸੀਆਂ ਨਾਲ ਦੂਸਰਿਆਂ ਨਾਲ ਤਕਰੀਬਨ ਠੀਕ ਆ ਉਹਨਾਂ ਨਾਲ ਚੰਗਾ ਲੇਕਿਨ ਚੰਗਾ ਨਹੀਂ ਆਇਆ ਕਿ ਐਡਾ ਚੰਗਾ ਨਹੀਂ ਲੇਕਿਨ ਬਚਾ ਕੇ ਚਲਾਈਦਾ ਜੇ ਥੋੜਾ ਜਿਹਾ ਨੱਪ ਕੇ ਵਾਓ ਤੇ ਫੇਰ ਇਹ ਵੀ ਜਵਾਬ ਦਿੰਦੇ ਆ ਇਹਦਾ ਜ਼ਿਆਦਾ ਮਸਲਾ ਪਿਛਲੇ ਹਿੱਸੇ ਦਾ ਹੁੰਦਾ ਹੈ ਪਿਛਲੇ ਹਿੱਸੇ ਦਾ ਟੂਪਾਂ ਦਾ ਆਂਦਾ ਟਰਾਲੀ ਵਗੈਰਾ ਤੇ ਗੰਨੇ ਵਾਲੀ ਤੇ ਜਾਂ ਜੈਕ ਵਾਲੀਆਂ ਤੇ ਉਹ ਪਾਉਂਦੇ ਨਹੀਂ ਤੁਸੀਂ ਉਹ ਅਸੀਂ ਪਾਉਂਦੇ ਨਹੀਂ ਹੈਗੇ ਅਸੀਂ ਇਸੇ ਤੋਂ ਉਹਨੂੰ ਲੇਜ਼ਰ ਕਰਾ ਤੇ ਥ੍ਰੈਸ਼ਰ ਤੇ ਰੂਟਾ ਵਾਟਰ ਤੇ ਚਲਾਈਦਾ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਜੀ ਓਕੇ ਜੀ ਟਾਈਮ ਦਿੱਤਾ ਜੀ ਤੇ ਬਾਕੀ ਆ
ਕੁਆਲਿਟੀ ਬਿਹਤਰ ਕਰੋ, ਅੱਗੇ ਵਾਲੀ ਕੁਆਲਿਟੀ ਨਹੀਂ ਆ ਰਹੀ। ਨਹੀਂ ਆ ਰਹੀ, ਨਹੀਂ ਆ ਰਹੀ। ਹਾਂਜੀ, ਨਵੀਂ ਆ। ਮੈਂ ਇਹਨੂੰ ਸਟੈਂਡਰਡ ਹੀ ਰੱਖਿਆ ਤੇ ਅੱਜ ਵੀ ਇਹਨੂੰ ਸਟੈਂਡਰਡ ਹੀ ਰੱਖਣਾ, ਚਾਹੇ ਅਸੀਂ ਹਰੀਏ ਤੇ ਚਾਹੇ ਅਸੀਂ ਜਿੱਤੀਏ। ਤੁਸੀਂ ਇਹਨੂੰ ਟੋਚਨ ਦੇ? ਅੱਜ ਟੋਚਨ ਦੇ ਵਿੱਚ ਇਹਨੂੰ ਚੈੱਕ ਕਰਨਾ ਸੀ। ਠੀਕ ਹੈ ਜੀ। ਟੋਚਨ ਵਾਸਤੇ, ਇਸ ਮੇਲੇ ਵਾਸਤੇ, ਬਾਬੇ ਮੋਤੀਆਂ ਵਾਲੀ ਸਰਕਾਰ ਦੇ ਵਾਸਤੇ ਮੈਂ ਇਹਨੂੰ ਕਿਤੇ ਨਹੀਂ ਪਾਇਆ ਹੈਗਾ। ਇਹਦੇ ਟਾਇਰ ਵੀ ਬਿਲਕੁਲ ਨਵੇਂ ਰੱਖਿਆ, ਵੀ ਘਸਣਾ ਜ਼ੋਰ ਜ਼ਿਆਦਾ ਮਾਰੇਗਾ। ਹੁਣ ਦੇਖੋ ਜੀ ਅੱਗੇ ਜੋ ਅੱਲਾ ਜਿਹਨੂੰ ਦੇਵੇ। ਹਾਂਜੀ, ਜੈਨਮਨੀ ਮੈਂ ਰੱਖਿਆ ਸਟੈਂਡਰਡ, ਮੈਂ ਨਹੀਂ ਸੀ ਛੇੜਿਆ ਲੋਕਾਂ ਨੇ ਸਾਰਿਆਂ ਨੇ। ਉਹਨਾਂ ਨੇ ਕੜਾ ਓਪੀਨੀਅਨ ਚੇਂਜ ਕੀਤੇ ਹੁੰਦੇ ਆ, ਉਹਨਾਂ ਨੇ ਤਕਰੀਬਨ ਡੀਜ਼ਲ ਆਪਣੇ ਡੀਜ਼ਲ ਵਧਾਏ ਹੁੰਦੇ ਆ, ਡੀਜ਼ਲ ਵਧਾ ਲੈਂਦੇ ਆ, ਕੜੇ ਓਪੀਨੀਅਨ ਚੇਂਜ ਕਰ ਲੈਂਦੇ ਆ, ਟਾਇਰ ਵੱਡੇ ਪਾ ਲੈਂਦੇ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਠੀਕ ਹੈ ਜੀ, ਬਹੁਤ ਸ਼ੁਕਰੀਆ। ਹਾਂਜੀ ਦੋਸਤੋ, ਸਾਡੇ ਨਾਲ ਆ ਜੀ ਅਸਾਮਾ ਬਾਈ ਤੇ ਅੱਜ ਇਹਨਾਂ ਦੇ ਇਲਾਕੇ 'ਚ ਆਏ ਆ, ਇਹਨਾਂ ਨੇ ਸਪੈਸ਼ਲੀ ਇਨਵਾਈਟ ਕੀਤਾ ਸੀ। ਤੇ ਅਸਾਮਾ ਬਾਈ, ਤੁਹਾਡੇ ਟਰੈਕਟਰਾਂ ਦੇ ਟੋਚਨ ਮੁਕਾਬਲੇ ਹੁੰਦੇ ਆ, ਤੇ ਇਹ ਦੱਸੋ ਜੀ ਕਿਸ ਨੂੰ ਇਹਦਾ ਮੁਕਾਬਲਾ, ਯਾਨੀ ਕਿ ਪਾਕਿਸਤਾਨ ਦੀ ਅਗਰ ਗੱਲ ਕਰੀਏ ਤੇ ਇਹ ਸਭ ਤੋਂ ਵੱਡਾ ਮੁਕਾਬਲਾ ਇਹੀ ਹੁੰਦਾ ਹੈ? ਸਭ ਤੋਂ ਪਹਿਲੇ ਤਾਂ ਮੈਂ ਜੀ ਬਲਾਲ ਬਾਈ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਟਾਈਮ ਦਿੱਤਾ, ਇਸ ਕਾਬਲ ਸਮਝਿਆ, ਸਾਡੇ ਕੋਲ ਆਏ ਤੁਸੀਂ। ਤੇ ਬਾਕੀ ਜੀ ਦੋਸਤਾਂ ਨੂੰ ਮੈਂ ਦੱਸਣਾ ਚਾਹੁੰਦਾ, ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਟੋਚਨ ਮੁਕਾਬਲਾ ਹੁੰਦਾ ਜੀ, ਇੱਥੇ ਫੈਸਲਾਬਾਦ ਸਮੁੰਦਰੀ ਰੋਡ ਤੇ। ਮਾਸ਼ਾਅੱਲਾ ਜੀ, ਬਹੁਤ ਸਾਰੇ ਟਰੈਕਟਰ ਹੁੰਦੇ ਆ, ਫੀਅਟ 480, 640 ਤੇ ਆਪਣੇ ਦਬੰਗ ਵੀ ਆ, 4x4 ਵੀ ਹੁੰਦੇ, ਹਰ ਕਿਸਮ ਦੇ ਟਰੈਕਟਰ ਹੁੰਦੇ ਆ। ਹਾਂਜੀ, ਕੱਲ ਡਿਸਕ ਮੁਕਾਬਲਾ ਹੋਇਆ ਵਾ ਤੇ ਅੱਜ ਹੋਏਗਾ ਟੋਚਨ ਮੁਕਾਬਲਾ, ਗਰਾਊਂਡ ਸ਼ਰੋਣ ਸੱਜਿਆ ਵਾ ਤੇ ਟਰੈਕਟਰ ਸੈੱਟ। ਹਾਂਜੀ, ਹਵਾ ਚੈੱਕ ਕੀਤੀ ਜਾ ਰਹੀ ਆ, ਹੁੱਕਾਂ ਚੈੱਕ ਕੀਤੀਆਂ ਜਾ ਰਹੀਆਂ ਵਾ। ਪਿਛਲੇ ਸਾਲ ਵੀ ਹੋਇਆ ਸੀ ਡਿਸ ਮੁਕਾਬਲਾ ਤੇ ਟੋਸ਼ਨ ਮੁਕਾਬਲਾ, ਉਹਦੀਆਂ ਵੀਡੀਓ ਉਹਦੇ ਉੱਤੇ ਹੈਗੀਆਂ ਵਾ ਮੌਜੂਦ ਆ। ਪਹਿਲੇ ਇਹ ਤਕਰੀਬਨ ਕੋਈ 6 ਸਾਲ ਤੋਂ ਹੋ ਰਿਹਾ ਟੋਸ਼ਨ ਮੁਕਾਬਲਾ, ਤੇ ਇਸ ਸਾਲ ਤੋਂ ਬਾਕੀ ਆਪਾਂ ਭਰਾ ਸਾਰੇ ਤਾਵਨ ਕਰਦੇ ਆ। ਪਹਿਲੀ ਵਾਰੀ ਆਏ ਆ। ਹਾਂਜੀ, ਤੇ ਇਨਸ਼ਾਅੱਲਾ ਜੀ ਅਗਰ ਦੋਸਤਾਂ ਨੇ ਪਿਛਲੇ ਮੁਕਾਬਲੇ ਦੀ ਵੀਡੀਓ ਹਾਂਜੀ ਆਉਣ ਤੇ ਇਹਨਾਂ ਕੋਲ ਉਹ ਸਾਡੇ ਚੈਨਲ ਤੇ ਜਾ ਕੇ ਦੇਖ ਸਕਦਾ। ਚੈਨਲ ਦਾ ਨਾਮ ਦੱਸ ਦਿਓ ਜੀ। ਬੈਸਟ ਟਰੈਕਟਰਸ ਆ ਜੀ YouTube ਚੈਨਲ। ਬਹੁਤ ਸ਼ੁਕਰੀਆ। ਹਾਂਜੀ, ਠੀਕ ਆ ਜੀ ਬਲਾਲ ਭਾਈ।